अस्सलाम वालेकुम फ्रेंड्स, वेलकम टू माय यूट्यूब चैनल आसिम सईद पिजन। सारे दोस्त भाई कैसे हैं, उम्मीद करता हूँ ठीक ठाक होंगे। सिगरेट नोशी जो है ना मुज़र सेहत है, इसलिए बरए मेहरबानी पब्लिक प्रेस सिगरेट नोशी से परहेज करें। तो बकाया जी ये है मुनव्वर भाई, ये माशाल्लाह उस्ताद मोहतरम माशाल्लाह टाइम दिया जी, आज मुनव्वर भाई के पास आए हुए हैं। और ये मुनव्वर भाई के भाई हैं छोटे, बड़े भाई हैं जी माशाल्लाह। लो जी बड़े भाई छोटे भाई, वो एक टीवी पे भी आते हैं ना और टिकटॉक पे, बड़े भाईजान छोटे भाईजान ये वो तो नहीं है। ये बड़ी इंटरेस्टिंग स्टोरी है। अच्छा जी, ये बड़ा भाई है, वो छोटा भाई है। हाँ जी, उसके बच्चे इसको चाचू कहते हैं, इसके बच्चे उसको ताऊ कहते हैं। अच्छा जी। हाँ जी, सही बात ना करो, मैं सही बिल्कुल जनरल बात कर रहा हूँ, ये मुंह पे बैठे पूछ ले। वो उसके बच्चे इसको चाचू कहते हैं। अच्छा जी, कहते हैं कि मैं ये भी बता रहा हूं। नहीं, नहीं, क्यों कहते हैं जी? यो वो असल में इसकी शादी लेट हुई ना। अच्छा, तो उसकी शादी पहले होगी जरा छोटे। तो वो उसके बच्चों ने आज तक समझा कि ये चाचू ही हैं, छोटे ही हैं, इसलिए वो चाचू कहते हैं। कबूतरबाजी थी, वीडियो बन रही क्या नहीं बन रही? बड़े भाई जान छोटे भाई, बड़े भाई जान छोटे भाई की बात शुरू की है। भाई जान कबूतरों की बात कर रहे हैं। कबूतर जो बनाने में जो किरदार है ना, वो इस बंदे का ज्यादा है, इस बंदे का। अच्छा जी, माशाल्लाह। कभी कंप्रोमाइज नहीं किया कबूतर पे, किसी चीज पे कंप्रोमाइज नहीं है। 19-20 पे मतलब के कबूतर को गलत ना आए। अच्छा जी, जीरो जाए और जीरो निकल के आए, जब भी वो बैठे वो ही रखना माशाल्लाह। उसके अलावा कबूतर में कोई भी 19-20 वाला चक्कर नहीं है कि यार अदना जी नजर आ गया है, सीन नहीं है। मनान भाई जी, जी। तुसी भी गुजर जे ते मैंने ताड़ी नु, तुसी जदों गल्लां करदे ना मैंने तारे गुजर याद आ जांदा माशाल्लाह। माशाल्लाह, तुहाडी गल ठीक है यार, तारे गुजर ओ करन दे उहनां नु। बड़ा अच्छा उस्ताद माशाल्लाह यार। ते ਨੁਸਖੇ ਦੱਸੇ ਨੇ, ਲੋਕਾਂ ਨੂੰ ਫਾਇਦੇ ਚੁੱਕਦੇ ਪੈਣੇ, ਇੰਜੋਏ ਕਰਦੇ ਪੈਣੇ ਲੋਕ। ਬਿਲਕੁਲ ਸਹੀ ਗੱਲ। ਕਬੂਤਰ ਤੇ ਮਨਵਰ ਭਾਈ ਕੋ ਜੇਠ ਵਾਲੇ ਕਬੂਤਰ ਨੇ, ਮੈਂ ਪਹਿਲਾਂ ਦੱਸ ਰਿਹਾ ਕਬੂਤਰ ਤੁਹਾਡੇ ਕੋਲ ਜੇਠ ਵਾਲੇ ਨੇ। ਮੈਂ ਆਖਿਆ ਨਾ, ਮੈਂ ਕਿਹਾ ਕਿ ਅਸਾਂ ਭਾਵੇਂ ਜੇਠ 'ਚ ਬਾਜ਼ੀ ਨਹੀਂ ਉਡਾਉਣੀ, ਲੇਕਿਨ ਜੇਠ ਫਾਇਆ ਜ਼ਰੂਰ ਕਰੋ। ਵਿਖਾਉਂਦੇ ਭਾਈ ਜੀ, ਹੁਣ ਜੇਠ ਇਨਸ਼ਾਅੱਲਾ ਕੋ ਜੇਠ, ਹੁਣ ਕਬੂਤਰ ਤਾਦਾਦ 'ਚ ਹੋ ਗਏ ਨਾ ਜੀ, ਹੁਣ ਇਨਸ਼ਾਅੱਲਾ ਜੇਠ 'ਚ ਜੇਠ ਵੀ ਉਡਾਵਾਂਗੇ। ਸਾਜੀ ਦਰਾਓ ਸਾਰਾ, 2 ਮਿੰਟ ਸਾਡੇ ਕੋਲ ਬੈਠੋ ਸਾਰਾ। ਨਹੀਂ ਇੱਧਰ ਆਓ ਤਾਂ ਸਬਰ ਭਾਈ, ਗੱਲ ਪਤਾ ਕੀ ਹੈ, ਮਾਸ਼ਾਅੱਲਾ ਕਿੰਨੀ ਚਿਰ ਹੋ ਗਿਆ ਕਬੂਤਰ ਬਾਈ ਕਰਦੇ ਨੂੰ? ਤਕਰੀਬਨ 20 ਸਾਲ ਹੋ ਹੀ ਗਏ ਜੀ। 20 ਸਾਲ ਹੋ ਗਏ ਨਾ? ਹਾਂਜੀ। ਤੇ ਹਰ ਬੰਦਾ ਨਾ ਕੋਈ ਵੀ ਸ਼ੌਕ ਸ਼ੁਰੂ ਕਰਦਾ ਨਾ, ਪਹਿਲੇ ਮਤਲਬ ਨਿਊ ਕਮਰ ਹੁੰਦਾ ਹੈ। ਨਿਊ ਕਮਰ ਹੁੰਦਾ ਬਿਲਕੁਲ। ਤੇ ਜਿਵੇਂ ਤੁਸੀਂ ਆਪਣਾ ਸ਼ੌਕ ਹੀ ਨਵੇਂ ਨਵੇਂ ਆਏ ਸੀ, ਇਸੇ ਤਰ੍ਹਾਂ ਸਾਡੇ ਵੇਖਣ ਵਾਲੇ ਕਈ ਆਏ ਹੁੰਦੇ, ਠੀਕ, ਜਿਹਨਾਂ ਨੂੰ ਅਜੇ ਕਬੂਤਰਬਾਜ਼ੀ ਦੀ ਅਲਫ ਵੇ ਨਹੀਂ ਪਤਾ, ਉਹਨਾਂ ਵਾਸਤੇ ਕੀ ਪੈਗਾਮ ਹੈ, ਉਹ ਕਿਸ ਤਰ੍ਹਾਂ ਕਬੂਤਰ ਚੰਗੇ ਬਣਾਉਣ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਉਡਾ ਕੇ ਵੇਖਣ ਜੀ, ਸਭ ਤੋਂ ਅੱਛਾ ਤਰੀਕਾ ਇਹੋ ਹੀ ਹੈ। ਇਹਦੇ ਤੋਂ ਇਲਾਵਾ ਜਿਹਨਾਂ ਕਬੂਤਰ ਚੰਗੇ ਨਾ ਹੁੰਦੇ, ਡਾਵਣ ਕੀ ਉਹਨਾਂ ਨੂੰ?
ਚੰਗੇ ਆਪੇ ਸਾਹਮਣੇ ਆਉਂਦੇ ਰਹਿਣ ਆਪੇ ਸਾਹਮਣੇ ਆਉਂਦੇ ਰਹਿਣ ਨੇ ਜੀ ਚੰਗੇ ਨਹੀਂ ਨਹੀਂ ਤੁਹਾਡਾ ਕੀ ਹਾਲ ਹੈ ਕਬੂਤਰ ਪਹਿਲੇ ਕੀ ਕਿੱਥੋਂ ਲਿਆਣ ਚਾਹੀਦੇ ਨੇ ਗੁੱਦੜਵੀਆਂ ਚੋਂ ਲੈ ਕੇ ਆਵਾਂ ਜਾਂ ਕਿਸੇ ਅੱਛੇ ਘਰਾਂ ਚੋਂ ਲੈ ਕੇ ਆਵਾਂ ਜ਼ਿਆਦਾ ਮਹਿੰਗੇ ਲੈ ਕੇ ਆਵਾਂ ਸਸਤੇ ਲੈ ਕੇ ਕੀ ਮਸ਼ਵਰਾ ਦਈਏ ਹੁਣ ਕਿਸੇ ਨੂੰ ਕਿੱਥੋਂ ਲੈ ਕੇ ਆਣ ਆਪਣੀ ਗੰਜਾਇਸ਼ ਨਾਲ ਹੀ ਹੈ ਨਾ ਹਾਂਜੀ ਨਹੀਂ ਤੇ ਹੁਣ ਚੰਗੀਆਂ ਘਰਾਂ ਕੋਲ ਚਲੇ ਜਾਓ ਤਾਂ ਭਾਈ ਰੇਡੀ ਬੜੇ ਨੇ ਇਮਰਾਨ ਭਾਈ ਜੀ ਬਿਲਕੁਲ ਸਹੀ ਗੱਲ ਹੈ ਉਹ ਕਹਿੰਦੇ ਨੇ ਤੁਸੀਂ ਆ ਗਏ ਜੇ ਬਜਾਏ ਚੰਗੀਆਂ ਘਰਾਂ ਚੋਂ ਜਾਣ ਨਾਲੋਂ ਬਜਾਏ ਚੰਗੀਆਂ ਬੰਦਿਆਂ ਕੋਲ ਹੀ ਚਲੇ ਜਾਓ ਕੀ ਖਿਆਲ ਹੈ ਚੰਗੇ ਬੰਦੇ ਦੀ ਪਛਾਣ ਕਿਵੇਂ ਹੋਵੇ ਚੰਗੇ ਬੰਦੇ ਦੀ ਪਛਾਣ ਮਿਲ ਕੇ ਉਹਦੇ ਨਾਲ ਰਹਿ ਕੇ ਜਿਹੜਾ ਵਾਹ ਪਿਆ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ ਦੱਸ ਬਾਈ ਠੀਕ ਹੈ ਤੇ ਜੇ ਵਾਹ ਤੇ ਪੈ ਜੇ ਤਾਂ ਰਾਹ ਹੀ ਨਾ ਪਤਾ ਹੋਵੇ ਤੇ ਫਿਰ ਨਹੀਂ ਰਾਹ ਫਿਰ ਆਪ ਹੀ ਪਤਾ ਲੱਗ ਜਾਂਦੇ ਨੇ ਜਦੋਂ ਵਾਹ ਪੈਂਦਾ ਨਾ ਬੋਸ ਫਿਰ ਬੜੇ ਰਾਹ ਖੋਲਦੇ ਨੇ ਫਿਰ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਗੱਲ ਹੈਗੀ ਹੈ ਕਿ ਅੱਛਾ ਤੁਸੀਂ ਸਾਰਿਆਂ ਨਾਲ ਪਹਿਲੇ ਜਦੋਂ ਇਸ ਨਿਊ ਕਮਰ ਸੀ ਕਬੂਤਰ ਬਾਈ ਸ਼ੁਰੂ ਕੀਤੀ ਤੇ ਕਿੱਥੋਂ ਲਿਆਂਦੇ ਕਬੂਤਰ ਤੁਸੀਂ ਆਪਣੀ ਗੱਲ ਦੱਸਣਾ ਬਾਕੀ ਛੱਡੋ ਆਸਮ ਬਾਈ ਸਿੱਧੀ ਗੱਲ ਹੈ ਚਿੜੀ ਮਾਰੀ ਸੀ ਅੱਛਾ ਇੱਥੇ ਹੀ ਐਸੇ ਛੱਤ ਹੀ ਨਹੀਂ ਪਹਿਲਾਂ ਸਾਡਾ ਉੱਧਰ ਘਰ ਸੀ ਅੱਛਾ ਸਿੰਗਲ ਸਟੋਰੀ ਸੀ ਅੱਛਾ ਫਿਰ ਤੋਂ 10 12 ਸਾਲ ਹੋ ਗਏ ਇੱਧਰ ਆ ਗਏ ਹਾਂ ਫਿਰ ਉਸ ਤੋਂ ਬਾਅਦ ਫਿਰ ਬਾਅਦ ਦੇ ਸ਼ਾਗਿਰਦ ਹੋ ਗਏ ਚਲੋ ਉਸ ਗੱਲ ਦੀ ਬਾਅਦ ਚ ਆਨੇ ਆ ਇੱਕ ਛੋਟੇ ਸਵਾਲ ਦਾ ਜਵਾਬ ਦਿਓ ਤੁਸੀਂ ਕਿਹਾ ਸੀ ਪਹਿਲੇ ਸਭ ਨਾਲ ਪਹਿਲਾਂ ਚਿੜੀ ਮਾਰੀ ਗਈ ਚਿੜੀ ਮਾਰੀ ਸੀ ਹਾਂਜੀ ਚਿੜੀ ਮਾਰੀ ਦਾ ਮਤਲਬ ਕੀ ਹੈ ਆਵਾਰਾ ਆ ਗਿਆ ਫੜ ਲਿਆ ਉੜਾ ਲਿਆ ਚਿੜੀਆਂ ਫੜੀਆਂ ਸੀ ਨਹੀਂ ਨਹੀਂ ਇੱਕ ਚਿੜੀਆਂ ਫੜੀਆਂ ਸੀ ਦੇਖੋ ਜੀ ਸਟਾਰਟ ਤੇ ਫਿਰ ਕਿਉਂ ਕਬੂਤਰ ਮਾਰੀ ਕਹਿ ਦਿਓ ਨਾ ਦੇਖੋ ਕਬੂਤਰ ਮਾਰੀ ਕਹਿ ਦਿੰਦੇ ਸੀ ਨਹੀਂ ਮੈਂ ਲਫ਼ਜ਼ ਲਫ਼ਜ਼ ਇਹ ਕਿਉਂ ਪਿਆ ਲਫ਼ਜ਼ ਕੋਈ ਮੈਨੂੰ ਨਹੀਂ ਆਈਡੀਆ ਮੈਂ ਨਾ ਬਲਕਿ ਕਈ ਬੰਦੇ ਬਜ਼ੁਰਗਾਂ ਨੂੰ ਪੁੱਛਣਾ ਹੈ ਸਾਲ ਜੀ ਤੁਹਾਡੀ ਉਮਰ ਦੇ ਵਕਤਾਂ ਦੇ ਵਿੱਚ ਵੀ ਚਿੜੀ ਮਾਰੀ ਹੁੰਦੀ ਸੀ ਕੀ ਸੀ ਇਹ ਲਫ਼ਜ਼ ਕਿੱਥੋਂ ਸ਼ੁਰੂ ਹੋਇਆ ਚਿੜੀ ਮਾਰੀ ਇਮਰਾਨ ਭਾਈ ਤੁਸੀਂ ਇਹਨੇ ਰੋਸ਼ਨੀ ਪਾਓ ਚਿੜੀ ਮਾਰੀ ਤੇ ਹਾਂਜੀ ਅਸੀਂ ਕਿਵੇਂ ਰੋਸ਼ਨੀ ਪਾਈ ਹੈ ਯਾਰ ਅਸੀਂ ਚਿੜੀ ਮਾਰੀ ਮਾਰਨਾ ਬਸ ਇਹੀ ਹੈ ਜਿਹੜਾ ਉਹ ਆ ਕੇ ਬਹਿ ਗਿਆ ਅਸੀਂ ਬਕਾਇਦਾ ਤੌਰ ਤੇ ਜਾਲ ਉੱਚੇ ਉੱਚੇ ਦੀ ਚਿੜੀ ਮਾਰਾਂ ਭਾਜੀ ਕਹਿਣ ਦਾ ਮਕਸਦ ਹੈਗਾ ਇਹ ਲਫ਼ਜ਼ ਕਿਉਂ ਚਿੜੀ ਮਾਰੀ ਹੈ ਤੇ ਕਬੂਤਰ ਫੜੀ ਦਾ ਨਾ ਤੇ ਕਹਿੰਦੇ ਚਿੜੀ ਮਾਰੀ ਇਹ ਤੇ ਫਿਰ ਹੁਣ ਉਸਤਾਦ ਹੋਰੀ ਦੱਸਣਗੇ ਜਿਨ੍ਹਾਂ ਦੇ ਦੌਰ ਦਾ ਲਫ਼ਜ਼ ਜਿਨ੍ਹਾਂ ਨੇ ਆਜ਼ਾਦ ਕੀਤਾ ਹੋਇਆ ਹੈ ਉਸਤਾਦ ਨਾਲ ਬੈਠੇ ਨੇ ਕਿਉਂ ਸਾਹ ਜੀ ਸਾਡੇ ਤੋਂ ਪਹਿਲੇ ਦਾ ਹੀ ਉਸਤਾਦ ਨਾਲ ਪਹਿਲੇ ਦਾ ਹੀ ਲਫ਼ਜ਼ ਪਹਿਲੇ ਜਾਂ ਫਿਰ ਉਦੋਂ ਕਬੂਤਰ ਨੇ ਆਪਣਾ ਚਿੜੀਆਂ ਚੁੜੀਆਂ ਲੋਕੀ ਫੜਦੇ ਸ਼ਿਕਾਰੀ ਸ਼ਕੂਰੀ ਚਿੜੀਆਂ ਚੁੜੀਆਂ ਫੜਦੇ ਸੀ ਨਾ ਜਾਲ ਲਾ ਕੇ ਦੇਖਣਾ ਜਰਾ ਹੱਥ ਹਾਂ ਥੱਲੋਂ ਵੱਡੀਆਂ ਛੱਡੀਆਂ ਵੇਖਣਾ ਇਹਨਾਂ ਦੀਆਂ ਕੈਸੀਆਂ ਪਰਫੈਕਟ ਸਾਈਜ਼ ਨੇ ਭਾਜੀ ਬਿਲਕੁਲ ਸਹੀ ਕਬੂਤਰ ਨੇ ਬਿਲਕੁਲ ਔਰ 2-3 ਮਿੰਟ ਦੇ ਵਿੱਚ ਇਮਰਾਨ ਭਾਈ ਕੋ ਚੰਗੇ ਕਬੂਤਰ ਹੋ ਐਡੇ ਕਬੂਤਰ ਫਾਂਦੇ ਪਏ ਲੋਕਾਂ ਨੂੰ ਪਾਗਲ ਬਣਾਉਂਦੇ ਪਏ 2-2 ਫੁੱਟ ਦੇ ਕਬੂਤਰ ਵਾਓ ਕੋਈ ਭਾਈ ਜਾਨ 2 ਫੁੱਟ ਦਾ ਕਬੂਤਰ ਹੋਵੇ ਕੋ 2 ਫੁੱਟ ਦਾ ਕਬੂਤਰ ਹੋਵੇ ਹਾਥੀ ਫੜਿਆ ਹੋਵੇ ਤੁਹਾਨੂੰ ਪਤਾ ਲੱਗੇ ਬੰਦੇ ਨੂੰ ਵੀ 2 ਹੱਥ ਨਾਲ ਫੜਿਆ ਨਹੀਂ ਤੇ ਕਬੂਤਰ ਦੀ ਗੱਲ ਕਰੋ ਨਾ ਜਿਹੜਾ ਤਾਂ ਕਬੂਤਰ ਜਿਹੜਾ ਕਬੂਤਰ ਆਸਮ ਭਾਈ ਇਹ ਸਾਈਜ਼ ਇਹ ਸਾਈਜ਼ ਹੈ ਨਾ ਜਿਹੜਾ ਇਹ 2-3 ਮਿੰਟ ਚ ਅੱਖ ਤੋਂ ਬੰਦ ਹੋ ਜਾਂਦਾ ਉਹੀ ਉਹ ਕਬੂਤਰ ਚੰਗਾ ਉੱਡ ਕੇ ਬਹਿੰਦਾ ਜਿਹੜਾ ਬਹੁਤ ਜ਼ਿਆਦਾ ਬੁਲੰਦ ਚਲਾ ਜਾਂਦਾ ਜਿਹੜਾ ਚਮਕਾਂ ਚ ਖੜਾ ਰਹਿੰਦਾ ਵੱਡੇ ਸਾਈਜ਼ ਦਾ ਕਬੂਤਰ ਚਮਕਾਂ ਨਹੀਂ ਖੜਾ ਰਹਿੰਦਾ ਜੀ ਉਹੀ 11-12-1 ਵਜੇ ਬਹਿ ਜਾਂਦਾ ਚਲੋ ਦਿਲ ਨੂੰ ਤੇ ਹੌਸਲਾ ਰਹਿੰਦਾ ਨਾ ਸਾਹਮਣੇ ਫਿਰਦਾ ਪਿਆ ਸਰ ਅੱਲਾ ਦੀ ਰਹਿਮਤ ਨਾਲ ਕਬੂਤਰ ਚੰਗੇ ਹੋਣ ਬੰਦ ਵੀ ਦਿਲ ਨੂੰ ਹੌਸਲਾ ਹੁੰਦਾ ਨਿਕਲ ਕੇ ਆਉਂਦਾ ਕਬੂਤਰ ਲੈ ਲੈ ਜਿਹੜਾ ਤੁਸੀਂ ਸਾਈਜ਼ ਕਹਿ ਰਹੇ ਹਾਂਜੀ ਸਾਹ ਜੀ ਇਹ ਜਿਹੜਾ ਸਾਈਜ਼ ਹੈ ਨਾ ਹਾਂਜੀ ਇਹ ਪਰਫੈਕਟ ਸਾਈਜ਼ ਹੈ ਅੱਛਾ ਜੀ ਕਿਉਂਕਿ ਇਹ ਵੇਖੋ ਨਾ ਮਾਂ ਜੇ ਤੇ ਕੋਈ ਗੋਸ਼ਤ ਚੜਿਆ ਹੋਇਆ ਹੈ ਨਾ ਕੋਈ ਕੁਛ ਹੈ ਬਿਲਕੁਲ ਸਮਾਰਟ ਕਬੂਤਰੀਆਂ ਨੇ ਨਹੀਂ ਵੇਖੋ ਨਾ ਮੇਗੇ ਨਾ 1-2 ਫਿੱਤਾਂ ਖਾ ਕੇ ਨਾ ਤੇ ਆਪਣੀ ਜਗ੍ਹਾ ਤੇ ਚਲੇ ਜਾਣਾ ਸਾਹ ਜੀ ਗੱਲ ਹੈਗੀ ਏ ਸਮਾਰਟ ਕਬੂਤਰ ਚਰਬੀ ਵਾਵਨ ਦੇ ਖਤਮ ਹੋ ਜਾਂਦੇ ਤਗੜੇ ਕਬੂਤਰ ਹੋਣ ਚਰਬੀ ਕੱਢਾ 2-2 ਕਿਲੋ ਅੰਦਰੋਂ ਤੇ ਉਹ ਫਾਇਦਾ ਸਾਬਣ ਵੀ ਬਣਾਵਾ ਨਾਲ ਜਿਹੜਾ ਨਾ ਹੋਰ ਵੀ ਮਾਮਲਾ ਸੋ ਚੱਲਦੇ ਨੇ ਤੁਸੀਂ ਸਾਰੀ ਜ਼ਿੰਦਗੀ ਚਰਬੀ ਕੱਢਦੇ ਰਹੋਗੇ ਫਿਰ ਅੱਲਾ ਦੀ ਰਹਿਮਤ ਨਾਲ ਚਰਬੀ ਇਕੱਠੀ ਕਰਕੇ ਸਾਬਣ ਤੇ ਬਣ ਸਕਦਾ ਕਿ ਨਹੀਂ ਬਣ ਸਕਦਾ ਹਾਂਜੀ ਹਾਂਜੀ ਮਾਸ਼ਾਅੱਲਾ ਜੀ ਸਾਡੀ ਖੁਸ਼ ਕਿਸਮਤੀ ਹੈ ਸਾਨੂੰ ਚੰਗੇ ਬੰਦੇ 1-2 ਟੱਕਰ ਗਏ ਅੱਛਾ ਜੀ ਉਹਨਾਂ ਦੀ ਮਿਹਰਬਾਨੀ ਉਹਨਾਂ ਨੇ ਸਾਨੂੰ ਪੱਟਰੀ ਤੇ ਚਾੜ ਦਿੱਤਾ ਪੱਟਰੀ ਤੇ ਸਾਨੂੰ ਚਾੜ ਦਿੱਤਾ
ਉਸ ਸਭ ਤੋਂ ਮੇਨ ਕਿਰਦਾਰ ਸਾਡੇ ਮੇਰਾ ਖਿਆਲ ਹੈ ਸਾਡੀ ਕਬੂਤਰਬਾਜ਼ੀ ਸੈੱਟ ਕਰਨ 'ਚ ਇਹ ਬੰਦਾ ਕੰਪਰੋਮਾਈਜ਼ ਨਹੀਂ ਕਰਦਾ ਕਬੂਤਰ 'ਤੇ ਜਿਹਦਾ ਰਿਜ਼ਲਟ ਸਹੀ ਨਾ ਹੋਵੇ ਉਹਦੇ 'ਤੇ ਬਿਲਕੁਲ ਕਿ ਉਹਦਾ ਜੋੜਾ ਤੋੜ ਕੇ ਫਲਾਣਾ ਲਾ ਕੇ ਦੇਖ ਲਓ ਫਲਾਣਾ ਲਾ ਕੇ ਦੇਖ ਲਓ ਨਹੀਂ ਮਤਲਬ ਕਹਿੰਦਾ ਉਹ ਕਹਿੰਦੇ ਨਾ ਕੋਈ ਲਫ਼ਜ਼ ਫਲਾਣੇ ਵਾਲੇ ਫਲਾਣੇ ਇੱਥੇ ਆਲੇ ਵਾਲਾ ਕੋਈ ਨਹੀਂ ਹੈਗਾ ਫਲਾਣੇ ਵਾਲਾ ਫਲਾਣੇ ਵਾਲਾ ਇਹ ਉੱਡਣ ਵਾਲੇ ਹੈਗੇ ਨੇ ਠੀਕ ਹੈ ਇਹ ਉੱਡਣ ਵਾਲੇ ਕਈ ਲੋਕ ਕਹਿੰਦੇ ਨਾ ਜੀ ਲਿਆਂਦਾ ਜੋੜਾ ਫਲਾਣੇ ਕੋਲੋਂ ਟੁੱਕ ਟੁੱਕ ਕੇ ਤਾਂ ਖੁੱਡਾ ਭਰ ਲਿਆ ਬਿਲਕੁਲ ਇਹ ਫਲਾਣੇ ਦੇ ਕੋਲੋਂ ਲਿਆਂਦਾ ਫਲਾਣੇ ਵਾਲਾ ਫਿਰ ਖੁੱਡਾ ਭਰੀ ਜਾਂਦਾ ਜਦੋਂ ਰਿਜ਼ਲਟ ਲਈਦਾ ਜ਼ੀਰੋ ਜ਼ੀਰੋ ਠੀਕ ਹੈ ਅਤੇ ਉਹ ਫਲਾਣੇ ਘਰ ਦਾ ਜੀ ਫਲਾਣੇ ਘਰ ਦਾ ਇੱਥੇ ਭਾਈ ਇਹ ਮਨਵਰ ਵਾਲਾ ਛੱਤ ਦੇ ਜਾਂ ਤਸਵਰ ਵਾਲਾ ਛੱਤ ਡੰਡੇ ਦੇ ਅੱਗੇ ਜੇ ਚੱਲ ਪਵੇ ਉਹ ਹੀ ਚੰਗਾ ਉਹ ਹੀ ਚੰਗਾ ਜਿਹੜਾ ਡੰਡੇ ਅੱਗੇ ਚੱਲੇਗਾ ਜਿਹੜਾ ਆਏਗਾ ਮੁੜ ਮੁੜ ਕੇ ਘਰ ਨੂੰ ਉਹ ਚੰਗਾ ਬਸ ਡੰਡਾ ਪਰੇਡ ਹੋਏਗੀ ਤੇ ਉਹ ਚੰਗਾ ਕਬੂਤਰ ਹੀ ਉਹ ਜੀ ਜਿਹੜਾ ਡੰਡੇ ਦੇ ਅੱਗੇ ਨਾ ਨਾ ਕਰੇ ਡੰਡੇ ਦੇ ਅੱਗੇ ਖੜਾ ਰਵੇ ਫਿਰ ਜਿਹੜਾ ਉਹ ਕਵੇ ਜੀ ਭਾਈ ਡੰਡਾ ਫੇਰਤਾ ਬਾ ਠੀਕ ਅਸੀਂ ਖਲੋਤੇ ਆ ਭਾਜੀ ਗੱਲਾਂ ਅਸੀਂ ਕੀਤੀ ਜਾਂਦੇ ਕੋਈ ਸ਼ੌਕ ਵੀ ਕਰਾਓ ਕਬੂਤਰ ਨੇ ਤੁਹਾਡੇ ਜੇਠ ਵਾਲੇ ਤੁਸੀਂ ਕਿਸੇ ਪਾਸੋਂ ਸਾਗ ਚੱਕਣਾ ਹੀ ਪਿਆ ਜੀ ਕੋਈ ਸ਼ੌਕ ਵੀ ਕਰਾ ਦਿਓ ਉਹਨਾਂ ਦੁਨੀਆਂ ਕਹਿੰਦੀ ਵੀ ਜਰਾਨਾ ਗੱਲਾਂ ਹੀ ਮਾਰੀ ਜਾ ਰਹੇ ਲੋਕੀ ਗੱਲਾਂ ਸੁਣਨ ਨਹੀਂ ਆਉਂਦੇ ਸ਼ੌਕ ਵੇਖਣ ਆਉਂਦੇ ਨੇ ਕਬੂਤਰ ਵੀ ਨੇ ਤੁਹਾਡੇ ਵੀ ਨੇ ਸਾਡੇ ਆਪਣੇ ਜਿਹੜੇ ਕਬੂਤਰ ਨੇ ਉਹ ਵੀ ਨੇ ਅੱਛਾ ਜੀ ਮਾਸ਼ਾਅੱਲਾ ਕਿਹੜੇ ਕਬੂਤਰ ਤੁਹਾਨੂੰ ਪਸੰਦ ਨੇ ਸਾਨੂੰ ਕਬੂਤਰ ਕਿਸ ਪੁਆਇੰਟ ਆਫ ਵਿਊ ਨਾਲ ਕਹਿ ਰਹੇ ਹੋ ਦੂਸਰਾ ਜਦੋਂ ਅਸੀਂ ਇਹਨਾਂ ਨੂੰ ਮਿਕਸ ਅਸੀਂ ਨਾ ਅਸਲ ਉਸਤਾਦ ਵਾਲੇ ਕਬੂਤਰ ਬੜੇ ਗਰਮ ਤਰੀਕੇ ਦੇ ਕਬੂਤਰ ਨੂੰ ਉਹ ਅੱਸੂ ਵਿਸਾਖ ਦੇ ਵਿੱਚ ਨਹੀਂ ਬਹਿੰਦੇ ਅਗਲੇ ਦਿਨਾਂ ਦੇ ਚਲੇ ਜਾਂਦੇ ਨੇ ਬਾਫ ਦਾ ਰਾਤ ਰਹਿ ਜਾਂਦੇ ਫਿਰ ਉਹਨਾਂ ਚ ਪਾਉਣ ਵਾਸਤੇ ਨਾ ਸਾਨੂੰ ਕਬੂਤਰ ਚਾਹੀਦੇ ਹੁੰਦੇ ਨੇ ਸਲੋ ਉਹ ਅਸੀਂ ਫਿਰ ਕਬੂਤਰ ਉਹਨਾਂ 'ਚ ਪਾਉਂਦੇ ਹਾਂ ਉਹ ਸਾਡੇ ਕੋਲ ਕਬੂਤਰ ਨੇ ਇੱਕ ਬਲੈਡ ਲਾਈਨ ਹੈ ਸਾਡੇ ਕੋਲ ਅਸੀਂ ਗੋਲਡਨ ਰਕਮਗਰਾਂ ਵਾਲੇ ਕਬੂਤਰ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨਗੀਨੇ ਫਿਰ ਅਸੀਂ ਉਹ ਉਹਨਾਂ 'ਚ ਪਾ ਲੈਂਦੇ ਹਾਂ ਤਾਂ ਕਿ ਨਾ ਇਹ ਬੈਠਣ ਉਹ ਆਪ ਵੀ ਬਹੁਤ ਅੱਛੇ ਮਤਲਬ ਉਹ ਪੱਕਿਆਂ ਟਾਈਮਾਂ ਦੇ ਕਬੂਤਰ ਨੇ ਤੁਹਾਡੇ ਕੋਲ ਬੜੇ ਅੱਛੇ ਕਬੂਤਰ ਨੇ ਉਸਤਾਦ ਵਾਲੇ ਕਬੂਤਰਾਂ ਦੀ ਖੂਬੀ ਕੀ ਖਾਮੀ ਕੀ ਖਾਮੀ ਤਾਂ ਕੋਈ ਖਾਮੀ ਇਹੀ ਹੈ ਕਿ ਸਾਡੇ ਕੋਲ ਤਾਂ ਕੰਟਰੋਲ ਨਹੀਂ ਹੁੰਦੇ ਉੜਦੇ ਬਹੁਤ ਨੇ ਤੇ ਫਿਰ ਖੂਬੀ ਜ਼ਿਆਦਾ ਉੜ ਜਾਂਦੇ ਨੇ ਠੀਕ ਆ ਫਿਰ ਜਦੋਂ ਖੂਬੀ ਇਹ ਇੱਕ ਥੋੜੀ ਵੱਡੀ ਖੂਬੀ ਹੈ ਕਿ ਜੀ ਇੰਨਾ ਕਬੂਤਰ ਡਰੂ ਹੋਵੇ ਕੋਈ ਭਾਜੀ ਗੱਲ ਕਹਿਣ ਦਾ ਮਤਲਬ ਨਹੀਂ ਸਮਝੋ ਗਰਮੀ ਅਸੀਂ ਨਾ ਗਰਮੀ ਹੁਣ ਡਾਣਾ ਸ਼ੁਰੂ ਮਤਲਬ ਡਾਣਦੇ ਨਾ ਪਏ ਹਾਂ ਅਸੀਂ ਲੇਕਿਨ ਅਸੀਂ ਪ੍ਰੋਪਰ ਜਿਹੜਾ ਨਾ ਉਹ ਜੇਠ ਜਿਹੜਾ ਹੁਣ ਡਾਣਾ ਸ਼ੁਰੂ ਕਰਨਾ ਇਨਸ਼ਾਅੱਲਾ ਹੁਣ ਤੋਂ ਨੈਕਸਟ ਸੀਜ਼ਨ ਤੋਂ ਅੱਛਾ ਬਿਮਾਰੀ ਨੇ ਕੁੜੀ ਵੀ 2 ਸਾਲ ਤੇ ਸਾਡੀ 3 ਸਾਲ ਜਾਨ ਨਹੀਂ ਛੱਡੀ ਨਹੀਂ ਤੇ ਕਦੋਂ ਦੇ ਅਸੀਂ ਜੇਠ ਹੀ ਡਾਂਦੇ ਤੇ ਜਿਹੜੇ ਮੌਸਮ 'ਚ ਅਸੀਂ ਡਾਣੇ ਹੁੰਦੇ ਕਬੂਤਰ ਫਿਰ ਅਸਮ ਬਈ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਹਨੇਰਿਆਂ ਦੇ ਨਾਲ ਤੇ ਹਨੇਰਿਆਂ 'ਚ ਹੀ ਬਹਿੰਦੇ ਨੇ ਅੱਛਾ ਅੱਲਾ ਦੀ ਰਹਿਮਤ ਨਾਲ ਹਨੇਰਿਆਂ 'ਚ ਬਹਿੰਦੇ ਨੇ ਅੱਛਾ ਤੇ ਬਹੁਤ ਜ਼ਰੂਰੀ ਹੋ ਜਾਂਦੇ ਨੇ ਇਸ ਕਰਕੇ ਅਸੀਂ ਫਿਰ ਅੱਗੇ ਹੁਣ ਜਾ ਰਹੇ ਹਾਂ ਸਟੈਪ ਉੱਤੇ ਕਰ ਰਹੇ ਹਾਂ ਜੇਠ ਤੇ ਜਾ ਰਹੇ ਹਾਂ ਇਨਸ਼ਾਅੱਲਾ ਜੇਠ ਤੇ ਉੱਡੇਗਾ ਹੁਣ ਇਹਦਾ ਤਾਂ ਮਾਸ਼ਾਅੱਲਾ ਅੱਛਾ ਹੁਣ ਕਿਹੜਾ ਕਬੂਤਰ ਲਿਆਂਦਾ ਜੀ ਇਹ ਵੀ ਅਜੇ ਲੱਗੇ ਸ਼ੋਕ ਰਿਹਾ ਕਬੂਤਰ ਹੀ ਨਹੀਂ ਹਾਂਜੀ
ਨਹੀਂ ਅੱਗੇ ਨਹੀਂ ਸ਼ੌਕ ਇਹਦਾ ਨਹੀਂ। ਮਾਸ਼ਾਅੱਲਾ ਪੱਲਾ ਲਿਓ, ਪੱਲਾ ਦਿਖਾਓ ਜੀ, ਛੱਡ ਦੇ ਛੱਡ ਦੇ। ਮਾਸ਼ਾਅੱਲਾ ਬਹੁਤ ਆਲਾ। ਨਵਰ ਬਾਈ ਜਿਹੜੇ ਕਬੂਤਰ ਨੇ ਤੁਹਾਡੇ, ਕਬੂਤਰ ਨੇ ਪਾਗਲ ਕਬੂਤਰ ਜਿਹਨੂੰ ਪਾਗਲ ਕਹੀਦਾ, ਠੀਕ ਹੈ, ਇਹਨਾਂ ਨੱਥ ਪਾਉਣ ਦੀ ਲੋੜ ਹੈਗੀ। ਹੁਣ ਨੱਥ ਇਹਨਾਂ ਨੂੰ ਕਿਵੇਂ ਪੈ ਦੀ ਭਲਾ, ਇਹਨਾਂ ਨੂੰ ਠੀਕ ਹੈ, ਇਹਨਾਂ ਇਹਨਾਂ ਥੋੜ੍ਹੇ ਜਿਹੇ ਨਾ ਕਬੂਤਰ ਬਦਲੋ, ਇੱਕੋ ਆਪਸ ਹੀ ਲਾ ਲਾ ਕੇ ਨਾ, ਇੱਕੋ ਬਲੱਡ ਲਾਈਨ ਨੂੰ ਚਲਾਓ ਅਤੇ ਆਪਸ ਵਿੱਚ, ਇੱਕ ਦਿਨ ਆਏ ਤਾਂ ਖਰਾਬ ਹੋ ਜਾਂਦਾ ਦੂਸਰੇ ਕਬੂਤਰਾਂ ਨੇ ਗਿਣਿਆ ਕਬੂਤਰਾਂ ਦੇ, ਠੀਕ ਹੈ ਨਾ, ਕੋਈ ਇਹਨਾਂ 'ਚ ਨਾ ਕੋਈ ਇਹਨਾਂ 'ਚ ਅੱਛੇ ਕਬੂਤਰ, ਕੋਈ ਟੈਡੀ ਟੈਪ ਪਾਓ ਇਹਨਾਂ 'ਚ, ਜਿਹੜੇ ਜਿਹਨਾਂ ਦੀ ਨਾ ਵਾਪਸੀਆਂ ਪੱਕੀਆਂ ਹੋਣ, ਠੀਕ ਹੈ, ਜਿਹੜੇ ਘਰ ਦੇ ਪੱਕੇ ਹੋਣ, ਕਬੂਤਰ ਨਾ ਸੰਭ ਜਾਂਦਾ, ਠੀਕ ਹੋ ਗਿਆ, ਕਿਉਂਕਿ ਜਦੋਂ ਟੈਡੀ ਜਿਹੜਾ ਨਾ ਟੈਡੀ ਕਬੂਤਰ ਦੀ ਆਖਿਰ ਤੂੰ ਇੱਕ ਤਾਂ ਚਮਕ ਆ ਜਾਂਦੀ ਮਜ਼ੀਦ, ਠੀਕ ਹੈ, ਕਬੂਤਰ ਦੀ ਵਾਪਸੀ ਜਿਹੜਾ ਹੋਵੇ ਨਾ ਨਸਲੀ ਟੈਡੀ, ਉਹਦਾ ਕੰਮ ਪਤਾ ਕੀ ਹੈ, ਉਹ ਅਗਲੇ ਕਬੂਤਰ ਨੂੰ ਜਿਹਦੇ ਨਾਲ ਤੁਸੀਂ ਪਾਤਾ ਨਾ, ਉਹਨੂੰ ਵੀ ਚੰਗਾ ਕਰ ਦਿੰਦਾ, ਇਹ ਕੁਆਲਿਟੀ ਟੈਡੀ ਕਬੂਤਰਾਂ ਦੀ। ਇਹ ਸਾਡਾ ਨਾ 2 ਸਾਲ ਪਹਿਲੇ ਕਬੂਤਰ ਉੱਡਦਾ ਰਿਹਾ ਜੀ, ਇਹ ਬਾਜ਼ੀਆਂ 'ਚ ਉੱਡਦਾ ਸੀ, ਰਾਤ ਤੱਕ ਬੈਠਾ, ਇੱਕ ਦਿਨ ਬੱਦਲ ਮੌਸਮ ਖਰਾਬ ਹੋ ਗਿਆ, ਅੱਛਾ, ਅਤੇ ਬਾਜ਼ੀ 'ਚ ਹੀ ਉੱਡਿਆ ਹੋਇਆ ਸੀ, ਮੋਰ ਲੱਗੀ ਹੋਈ ਸੀ ਨਾ, ਬਾਜ਼ੀ 'ਚ ਉੱਡਿਆ ਹੋਇਆ ਸੀ, ਇਹ ਫਿਰ ਨਾ ਬਹੁਤ ਹੀ ਬੱਦਲਾਂ ਤੋਂ ਬਾਅਦ ਭੁੱਲ ਗਿਆ, 3 ਦਿਨ ਤੱਕ ਰੁਲਿਆ। ਕਿੱਥੇ ਰੁਲਦਾ ਰਿਹਾ? ਇੱਥੇ ਮਤਲਬ ਉੱਚੀਆਂ ਬਿਲਡਿੰਗਾਂ 'ਤੇ। ਅੱਛਾ, ਤੁਹਾਡੇ ਇਲਾਕੇ 'ਚ? ਹਾਂ, ਮਤਲਬ ਦੂਰ ਸੀ ਇਲਾਕੇ ਤੋਂ, 3 ਦਿਨ ਬਾਅਦ ਸਾਡੇ ਕੋਲ ਵਾਪਸ ਆਇਆ। ਅੱਛਾ, 3 ਦਿਨ ਬਾਅਦ ਅੱਲਾ ਰਹਿਮਤ ਨਾਲ ਘਰ ਪਛਾਣ ਕੇ ਵਾਪਸ ਆ ਗਿਆ। ਇੰਨੀ ਕੁ ਦੇਖੋ ਨਾ ਆਸਮ ਬਾਈ, ਇੰਨਾ ਕੁ ਅਕਲਮੰਦ ਪਰਿੰਦੇ ਨੂੰ ਹੋਣਾ ਚਾਹੀਦਾ। ਗੱਲ ਹੈ ਜੀ, ਹੁਣ ਇਹ ਉੱਡਿਆ ਕਬੂਤਰ ਹੈ ਸਾਡਾ। ਮਾਸ਼ਾਅੱਲਾ, ਹੁਣ ਜੋੜੇ ਲਾ ਲਿਆ ਜੀ? ਹਾਂ ਜੀ, ਫਿਰ ਜੋੜੇ ਲਾ ਲਿਆ। ਕਿਆ ਪਾਰਕ ਹੁੰਦਾ ਲੱਗਿਆ ਯਾਰ ਇਹਨੂੰ ਮਨਾਨ ਬਾਈ, ਨਹੀਂ ਝਾੜੇ ਦੇ ਪਿਆ ਹੀ ਹੋਇਆ, ਲੇਕਿਨ ਕਬੂਤਰ ਦਾ ਪੁੱਤਰ ਹੈ, ਠੀਕ ਹੈ, ਅੱਖ ਦਾ ਡਾਇਲ ਵਾਓ ਜ਼ਰਾ, ਹੈਂਜੀ ਰੱਖੋ। ਫਿਰ ਨਾ ਮਜ਼ੇ ਦੀ ਗੱਲ ਪਤਾ ਕੀ, ਬੜਾ ਹੀ ਆਪਣਾ ਜਿਹੜਾ ਸੀਲ ਕਬੂਤਰ ਹੈ, ਹੱਥ ਹੀ ਬੈਠਾ ਹੈ, ਇਹੀ ਮਤਲਬ ਹਿਲਦਾ ਨਹੀਂ ਪਿਆ। ਮਾਸ਼ਾਅੱਲਾ, ਕਿਆ ਬਾਤ, ਬਹੁਤ ਆਲਾ, ਬਹੁਤ ਆਲਾ ਜੀ। ਮਨਵਰ ਭਾਈ, ਹੋਰ ਵੀ ਕੋਈ ਸ਼ੌਕ ਕਰਾਓ ਕਿਸੇ ਕਬੂਤਰ ਦਾ, ਠੀਕ ਹੈ, ਕੋਈ ਮਜ਼ੇਦਾਰ, ਕਿਉਂ ਜੀ ਮਨਾਨ ਭਾਈ? ਮਾਸ਼ਾਅੱਲਾ, ਸਾਧ ਨਹੀਂ, ਆਪਣਾ ਸ਼ੌਕ ਕਰਦੇ ਪਏ ਨੇ, ਠੀਕ ਹੈ, ਅਤੇ ਅਸੀਂ ਜਿਹੜਾ ਨਾ ਆਪਣਾ ਵੀਡੀਓ ਵਾਲਾ ਸ਼ੌਕ ਕਰਨੇ ਪਏ। ਯਕੀਨ ਕਰ, ਮੈਂ ਸ਼ੌਕੀਨ ਵੀ ਘੱਟ ਹੀ ਬੰਦਾ ਹੁੰਦਾ ਯਾਰ, ਦੇਖੋ ਨਾ ਉਹਨਾਂ ਨੇ ਆਪਣੇ ਕਬੂਤਰਾਂ ਦਾਣਾ, ਆਪਾਂ ਨੇ ਕਿਸੇ ਨੂੰ ਕੋਈ ਦਾਣਾ ਨਹੀਂ ਪਵਾਉਣਾ, ਦਾਣਾ ਲੇਟ ਹੋ ਜਾਵੇ ਉਹਨਾਂ ਜਾ ਕੇ ਆ ਪਾਣਾ, ਠੀਕ ਹੈ, ਹੁਣ ਮੇਰੇ ਕਬੂਤਰਾਂ ਕੋਲ ਛੇੜੇ ਵੀ ਨਾ ਕੋਈ। ਹੁਣ ਯਕੀਨ ਮੰਨੋ, ਕੱਲ੍ਹ ਮਨਵਰ ਭਾਈ ਆਏ ਸੀ ਅਤੇ ਉਹਨਾਂ ਨੂੰ ਮੈਂ ਸਾਧ ਨਾਲ ਪੁੱਛਣਾ ਤਾਂ ਫਲਾਣਾ ਕਬੂਤਰ ਕਿੱਥੇ ਪੈਂਦਾ, ਕਿਉਂਕਿ ਮੈਂ ਖੁੱਡੇ 'ਚ ਵੀ ਨਹੀਂ ਵੜ ਕੇ ਕਦੀ ਵੇਖੇ, ਅਤੇ ਮੈਂ ਸਾਧ ਨਾਲ ਪੁੱਛ ਕੇ ਜਾਂਦਾ ਫਲਾਣਾ ਕਬੂਤਰ ਕਿੱਥੇ ਪੈਂਦਾ, ਸ਼ੌਕ ਚੁੱਕ ਰਹਿਣਾ ਸੀ, ਸਾਧ ਨਾ ਪਤਾ ਫਲਾਣੇ ਜਾ ਬੰਦੇ, ਫਲਾਣੇ ਜਾ ਬੰਦੇ ਫੜ ਕੇ ਲਿਆ। ਮਾਸ਼ਾਅੱਲਾ ਜੀ, ਇਹਦੇ ਚ ਵੀ ਨਗੀਨਾ ਬਾਹਰ ਹੈਗਾ ਜੀ, ਜਿਹੜਾ ਪੁੱਤਰ ਹੈਗਾ। ਮਾਸ਼ਾਅੱਲਾ ਜੀ, ਕਿਆ ਬਾਤ, ਤੇ ਇਮਰਾਨ ਭਾਈ ਇਹ ਕਿਹੜਾ ਜੀ ਜਿਹੜਾ ਬਾਹਰ ਹੈ ਜੀ? ਹੀਨ ਵਾਲਾ ਕਬੂਤਰ ਸਤਾਜੀ। ਮਾਸ਼ਾਅੱਲਾ, ਹੀਨ ਵਾਲਾ ਜੋੜਾ ਕੋਈ ਲਾਇਆ ਜੀ?
ਬਹੁਤ ਆਲਾ ਇਹ ਤਾਂ ਓਰੀਜਨਲ ਹੋ ਜਾਂਦੇ ਇਹ ਤਾਂ ਓਰੀਜਨਲ ਹੋ ਜਾਂਦਾ ਯਾਰ ਇਹ ਮਾਦੀ ਨਾ ਜਿਹੜੀ ਮਾਦੀ ਇਮਰਾਨ ਬਾਈ ਜੀ ਜੀ ਇਹ ਮਾਦੀ ਜਦੋਂ ਵੀ ਹੁੰਦੀ ਇਹਨਾਂ ਦੇ ਘਰ ਤੋਂ ਬਾਹਰ ਬਾਹਰ ਫੜ ਕੇ ਵੇਖੋ ਐਸੀ ਮਾਦੀ ਮਾਸ਼ਾ ਤੁਹਾਡੀ ਉੱਡੀ ਕਬੂਤਰੀ ਨਾਲ ਦੀ ਨਾ ਸਾਨੂੰ ਉੱਡੀ ਛੱਡੀ ਅਸਲ ਗੱਲ ਇਹ ਮੈਂ ਤੁਹਾਨੂੰ ਦੱਸਣਾ ਜਦੋਂ ਵੇਖੋ ਇਹਨਾਂ ਨੂੰ ਦਿਲ ਕਰਦਾ ਹੈ ਬਾਰ ਬਾਰ ਵੇਖੋ ਐਡੀ ਪਿਆਰਾ ਫਰੇਮ ਲੱਗਾ ਇੰਨੀ ਪਿਆਰੀ ਮਤਲਬ ਹਰ ਪਾਸੇ ਪੂਰੀ ਯਾਰ ਸਾਈਜ਼ ਵੇਖੋ ਕਿੱਡਾ ਕੁ ਹੈ ਅਤੇ ਅੱਲਾ ਦੀ ਮਿਹਰਬਾਨੀ ਜਿੱਡੀ ਮਰਜ਼ੀ ਗਰਮੀ ਪਾਓ ਉੱਥੋਂ ਨਿਕਲਾ ਇਹਦੀ ਬਹੁਤ ਸਿਆਣੇ ਇਹਨੇ ਪੜ੍ਹਦਾ ਹੋਈ ਉੱਲਾ ਮਾਸ਼ਾ ਕਿਆ ਬਾਤ ਬਹੁਤ ਆਲਾ ਲਓ ਜੀ ਸਾਹ ਜੀ ਆਪਣਾ ਬੈਠੇ ਰਹੋ ਦੋ ਮਿੰਟ ਕੋਈ ਹੁਣ ਕੋਈ ਕਬੂਤਰਾਂ ਦੀ ਦੇਖਭਾਲ ਕਰਦੇ ਜੇ ਕੀ ਦਾਣਾ ਪਾਉਂਦੇ ਪਏ ਕੱਲ੍ਹ ਅਸੂ ਜੇ ਕੀ ਦਾਣਾ ਪਾਉਂਦੇ ਜੇ ਦਾਣਾ ਪਾਈਦਾ ਬਾਜਰਾ ਮਕਈ ਚਨੇ ਬਾਜਰਾ ਮਕਈ ਚਨੇ ਔਰ ਕੁਰਤਮ ਮਤਲਬ ਅਸੂ ਉਡਾਣ ਵਾਲੇ ਕਬੂਤਰਾਂ ਨੂੰ ਕਿ ਜੋੜਿਆਂ ਵਾਲੇ ਕਬੂਤਰਾਂ ਨੂੰ ਜੋੜਿਆਂ ਵਾਲੇ ਉਡਾਣ ਇੱਕੋ ਹੀ ਦਾਣਾ ਪਾਉਂਦੇ ਜੀ ਦਾਣਾ ਪਾਉਂਦੇ ਐਂਡ ਤੇ ਜਾ ਚੇਂਜ ਕਰਦੇ ਉਡਣ ਵਾਲਿਆਂ ਦਾ ਕਬੂਤਰ ਅਸੂ ਚ ਉਡਣ ਵਾਲੇ ਕਬੂਤਰਾਂ ਨੂੰ ਕਿ ਦਾਣਾ ਪਾਉਣਾ ਚਾਹੀਦਾ ਫਿਲਹਾਲ ਤੇ ਅਸੀਂ ਇਹੀ ਪਾ ਰਹੇ ਹਾਂ ਜਾਂ ਫੜਕਾਂ ਫੁੜਕਾਂ ਮਾਰਦੇ ਹਾਂ ਫਿਰ ਖੁਰਾਕ ਤੇ ਕਬੂਤਰ ਲੱਗ ਜਾਂਦੇ ਨਹੀਂ ਖੁਰਾਕ ਤੇ ਅੱਛਾ ਜਿਹੜੀ ਅਸੂ ਦੀ ਖੁਰਾਕ ਹੀ ਪਾਉਂਦੇ ਜੀ ਬਦਾਮਾਂ ਕੁਛ ਨਹੀਂ ਪਾਉਂਦੇ ਨਹੀਂ ਪਾਉਂਦੇ ਨਹੀਂ ਕੋਈ ਓਹਲੇ ਵਾਲੀ ਗੱਲ ਹੈਗੀ ਹੈ ਨਹੀਂ ਨਹੀਂ ਬਦਾਮਾਂ ਤੁਸੀਂ ਪਾਈਦਾ ਮਨੱਕਾ ਪਾਈਦਾ ਤੇ ਛੋਟੀ ਇਲਾਚੀ ਪਾਈ ਛੋਟੀ ਇਲਾਚੀ ਤੇ ਛੋਟੀ ਇਲਾਚੀ ਦਾ ਕੀ ਮਕਸਦ ਹੈ ਛੋਟੀ ਇਲਾਚੀ ਥੋੜਾ ਜਿਹਾ ਅਸਮ ਨਹੀਂ ਹੁੰਦਾ ਇਹ ਕਿ ਫਿਰ ਉਸਤਾਦ ਨਾ ਮੌਸਮ ਦੀ ਕੰਡੀਸ਼ਨ ਵੇਖ ਕੇ ਨਾ ਥੋੜੀ ਜਿਹੀ ਉੱਤੇ ਥੱਲੇ ਇਲਾਚੀ ਦਾ ਹੇਰ ਫੇਰ ਕਰਾ ਲੈਂਦਾ ਵੱਡੀ ਛੋਟੀ ਉਸਤਾਦ ਕਰਾ ਲੈਂਦਾ ਛੋਟੀ ਇਲਾਚੀ ਦਾ ਕੀ ਮਕਸਦ ਹੈ ਯਾਰ ਨਹੀਂ ਇਹ ਅਗਰ ਸਾਨੂੰ ਮਕਸਦ ਪਤਾ ਹੋਵੇ ਤੇ ਅਸੀਂ ਤੁਹਾਨੂੰ ਜ਼ਰੂਰ ਦੱਸੀਏ ਇਹ ਤਾਂ ਅਸੀਂ ਉਸਤਾਦ ਦੇ ਕਹਿਣ ਤੇ ਕਰਨੇ ਆ ਜੋ ਕਰਨੇ ਆ ਅੱਛਾ ਸਹੀ ਗੱਲ ਹੈ 100% ਵੈਸੇ ਮਨਵਰ ਭਾਈ ਤੁਹਾਡੇ ਅੰਦਾਜ਼ੇ ਮੁਤਾਬਕ ਵੱਡੀ ਲੈ ਛੋਟੀ ਇਲਾਚੀ ਠੰਡੀ ਹੁੰਦੀ ਹੈ ਗਰਮ ਹੁੰਦੀ ਹੈ ਮੇਰੇ ਹਿਸਾਬ ਨਾਲ ਤਾਂ ਠੰਡੀ ਹੁੰਦੀ ਠੰਡੀ ਹੋਈ ਤੇ ਫਿਰ ਅਸੂ ਜੀ ਠੰਡੇ ਕੀਤੀ ਜਾਂਦੇ ਵੱਡੀ ਛੋਟੀ ਇਲਾਚੀ ਨਾ ਜਿਹੜੀ ਅਸੀਂ ਲੋਕ ਕਹਿੰਦੇ ਹਾਂ ਠੰਡੀ ਹੁੰਦੀ ਹੈ ਅਗਰ ਇਹਨੂੰ ਅਸੀਂ ਭਿਉਂ ਕੇ ਰੱਖੀਏ ਨਾ ਇਹਦੀ ਤਸੀਰ ਠੰਡੀ ਹੁੰਦੀ ਹੈ ਜੇ ਅਸੀਂ ਇਹਨੂੰ ਉਵੇਂ ਇਸਤੇਮਾਲ ਕਰੀਏ ਨਾ ਇਹਦੀ ਤਸੀਰ ਤਰ ਗਰਮ ਹੁੰਦੀ ਜਿਹੜੀ ਛੋਟੀ ਇਲਾਚੀ ਵੀ ਹੈ ਨਾ ਬੇਸਿਕਲੀ ਇਹਦੀ ਤਸੀਰ ਵੀ ਤਰ ਗਰਮ ਹੁੰਦੀ ਹੈ ਠੰਡੀ ਨਹੀਂ ਹੁੰਦੀ ਅਗਰ ਠੰਡੀ ਤਾਜ਼ੇ ਕਿ ਇਹਨੂੰ ਰਾਤ ਨੂੰ ਭਿਉ ਕੇ ਰੱਖ ਦਿਓ ਰਾਤ ਭਿੱਜੀਦਾ ਪਾਣੀ 'ਚ ਉਹਦਾ ਪਾਣੀ ਦੇ ਲਵੋ ਜਾਂ ਉਹਨੂੰ ਉਸ ਤਰ੍ਹਾਂ ਭਿੱਜੀ ਨੂੰ ਇਸਤੇਮਾਲ ਕਰੋ ਫਿਰ ਜਿਹੜਾ ਨਾ ਇਹਦੀ ਤਸੀਰ ਠੰਡੀ ਹੈ ਅਤੇ ਇਹਦਾ ਸਭ ਨਾਲ ਵੱਡਾ ਬੈਨੀਫਿਟ ਪਤਾ ਕੀ ਹੁੰਦਾ ਇਹ ਕਬੂਤਰ ਨੂੰ ਨਾ ਪਿਆਸ ਨਹੀਂ ਲੱਗਦੀ ਛੋਟੀ ਇਲਾਚੀ ਇਸਤੇਮਾਲ ਕਰੋ ਨਾ ਜਾਂ ਉਹਨੂੰ ਪਿਆਸ ਨਹੀਂ ਲੱਗਦੀ ਰੋਜ਼ੇ ਰੱਖੋ ਤੁਸੀਂ ਨਾ ਰੋਜ਼ਿਆਂ 'ਚ ਤੁਸੀਂ ਛੋਟੀ ਇਲਾਚੀ ਦਾ ਇਸਤੇਮਾਲ ਕਰੋ ਸੁਬਾਹ ਆਪਣਾ ਸੈਰੀ ਦੇ ਟਾਈਮ ਤੁਹਾਨੂੰ ਸਾਰਾ ਦਿਨ ਪਿਆਸ ਨਹੀਂ ਲੱਗੇਗੀ ਮਾਸ਼ਾਅੱਲਾ ਬੜੀ ਅੱਛੀ ਵੀਡੀਓ ਬਣ ਗਈ ਲੰਬੀ ਚੌੜੀ ਵੀਡੀਓ ਬਣ ਗਈ ਹੈ ਕੋਈ ਪੈਗਾਮ ਦਿਓ ਅਸੀਂ ਵੀਡੀਓ ਨੂੰ ਬੰਦ ਕਰੀਏ ਸਰ ਕਿਸ ਟਾਈਪ ਦਾ ਪੈਗਾਮ ਕੋਈ ਵੀ ਕਬੂਤਰ ਪਾਣਾ ਕਬੂਤਰ ਪਾਣਾ ਨੂੰ ਕੋਈ ਪੈਗਾਮ ਦਿਓ ਸਰ ਮੈਂ ਬੜਾ ਅੱਗੇ ਤੁਹਾਨੂੰ ਵੱਡਾ ਤੁਹਾਨੂੰ ਗੱਲ ਕੀਤੀ ਤੁਹਾਨੂੰ ਖੈਰ ਸ਼ਾਇਦ ਮੇਰੀ ਗੱਲ ਵੀਡੀਓ ਵਾਲੇ ਜਿਹੜੇ ਬੰਦੇ ਸਮਝਣ ਵਾਲੇ ਸਮਝ ਜਾਣਗੇ ਵੀ ਵੱਡੇ ਘਰਾਂ ਤੋਂ ਚੰਗੇ
ਘਰਾਂ ਦੀ ਬਜਾਏ ਤੁਸੀਂ ਚੰਗੇ ਬੰਦਿਆਂ ਕੋਲ ਚਲੇ ਜਾਓ, ਉਹ ਜ਼ਿਆਦਾ ਬਿਹਤਰ ਹੁੰਦਾ ਹੈ। ਠੀਕ ਹੈ ਜੀ, ਅਤੇ ਚੰਗਿਆਂ ਘਰਾਂ ਦੇ ਵਿੱਚ ਚੰਗੇ ਬੰਦੇ ਕੋਲ ਜਾਣ ਲੱਗਿਆ ਬਸ ਜਾਣ ਵਾਸਤੇ ਨਾ ਸਿਰਫ ਥੋੜ੍ਹਾ ਜਿਹਾ ਟਾਈਮ ਮਾਰਨਾ ਪੈਂਦਾ ਹੈ। ਸਰ ਟਾਈਮ ਮਾਰਨਾ ਪੈਂਦਾ ਦੇਖੋ, ਬਿਲਕੁਲ ਬਿਲਕੁਲ। ਬੰਦਾ ਨੂੰ ਯਾਰ ਜਿਹੜਾ ਸੈਂਸੇਬਲ ਆਦਮੀ ਹੁੰਦਾ ਨਾ ਆਸਮ ਬਾਈ, ਉਹਨੂੰ ਆਪ ਹੀ ਸਮਝ ਆ ਜਾਂਦੀ ਹੁਣੇ ਇਹ ਬੰਦਾ ਕੀ ਹੈ ਬੰਦਾ ਕੀ। ਅੱਜ ਕੱਲ੍ਹ ਨਾ ਹਰ ਬੰਦਾ ਮਾਰਤੇ ਹੁੰਦਾ। ਹਾਂ ਮਾਰਤੇ ਆ ਬਿਲਕੁਲ। ਕੀ ਹਾਲ? ਬਿਲਕੁਲ ਪਾਕਿਸਤਾਨ 'ਚ ਸ਼ਰੀਫ, ਮੈਂ ਕਹਿੰਦਾ ਪਿਆ ਮੇਰਾ ਇਹ ਕਹਿਣਾ ਕਿ ਪਾਕਿਸਤਾਨ 'ਚ ਸ਼ਰੀਫ ਹੈ ਹੀ, ਉਹ ਜਿਹਦਾ ਦਾ ਨਹੀਂ ਲੱਗਦਾ। ਬਿਲਕੁਲ ਯਕੀਨ ਕਰੋ, ਸਾਡੇ ਸ਼ਰੀਫ ਉਹ ਹੀ ਹੈ ਜਿਹਦਾ ਦਾ ਨਹੀਂ ਲੱਗਦਾ, ਜਿਹਦਾ ਦਾ ਨਹੀਂ ਲੱਗਦਾ, ਸਿਰਫ ਉਹ ਬੰਦਾ ਸ਼ਰੀਫ ਹੈ। ਬਿਲਕੁਲ ਸਹੀ ਗੱਲ ਹੈ। ਇਹ ਪੈਗਾਮ ਤੁਸੀਂ ਬਹੁਤ ਵਧੀਆ ਦਿੱਤਾ, ਇਹਨਾਂ ਦਾ ਵੀ ਸ਼ੌਕ ਜਿਹਨਾਂ ਨੇ ਅਗਲੀ ਵੀਡੀਓ ਕਰਨੇ ਹੈ। ਬਿਲਕੁਲ ਬਿਲਕੁਲ।